ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ, ਹਾਜ਼ਰਾਂ ਸੀ ਰਮਨਦੀਪ ਕੌਰ ਦੁਆਰਾ ਲਿਖੀ ਗਈ ਕਹਾਣੀ ਡਾਕਟਰਨੀ ਦਾ ਭਾਗ 11 ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਜਸ ਗੁਰਜੋਤ ਨੂੰ ਫੋਨ ਲਾਉਂਦਾ ਹੈ ਪਰ ਗੁਰਜੋਤ ਫੋਨ ਨਹੀਂ ਪਿੱਕ ਕਰਦੀ ਤਾਂ ਜਸ ਹੇਠਾਂ ਪਾਰਕਿੰਗ ਵਿੱਚ ਚਲਾ ਜਾਂਦਾ ਹੈ। ਜਸ ਜਾ ਕੇ ਦੇਖਦਾ ਹੈ ਤਾਂ ਗੁਰਜੋਤ ਗਹਿਰੀ ਨੀਂਦ ਵਿੱਚ ਸੁੱਤੀ ਹੁੰਦੀ ਆ। ਜਸ ਦੂਸਰੀ ਚਾਬੀ ਨਾਲ ਗੱਡੀ ਦੀ ਵਾਰੀ ਖੁੱਲ੍ਹਦਾ ਹੈ ਅਤੇ ਗੁਰਜੋਤ ਨੂੰ ਉਠਾਲਦਾ ਹੈ। ਗੁਰਜੋਤ ਉੱਠ ਕੇ ਆਪਣੇ ਵਾਲ 'ਤੇ ਦੁਪੱਟਾ ਸੈੱਟ ਕਰਨ ਲੱਗ ਜਾਂਦੀ ਆ। ਜਸ, ਸੋਰੀ ਗੁਰਜੋਤ, ਤੈਨੂੰ ਨੀਂਦ 'ਚ ਜਗਾਉਣ ਲਈ, ਪਰ ਕਿਰਨ ਹੋਸ਼ ਆਈ ਸੀ ਅਤੇ ਉਹ ਵੀ ਤੈਨੂੰ ਮਿਲਣਾ ਚਾਹੁੰਦੀ ਸੀ। ਗੁਰਜੋਤ, ਕਿਰਨ ਮੈਨੂੰ ਮਿਲਣਾ ਚਾਹੁੰਦੀ ਹੈ? ਜਸ, ਹਾਂ, ਪਰ ਤੂੰ ਇੰਨੀ ਹੈਰਾਨੀ ਨਾਲ ਕਿਉਂ ਪੁੱਛ ਰਹੀ ਹਾਂ? ਗੁਰਜੋਤ, ਨਹੀਂ ਬਸ ਵੈਸੇ ਹੀ। ਜਸ ਅਤੇ ਗੁਰਜੋਤ ਉੱਪਰ ਚਲੇ ਜਾਂਦੇ ਹਨ। ਜਿਵੇਂ ਹੀ ਗੁਰਜੋਤ ਕਮਰੇ ਵਿੱਚ ਦਾਖਲ ਹੁੰਦੀ ਆ ਅਤੇ ਕਿਰਨ ਅਤੇ ਗੁਰਜੋਤ ਇੱਕ ਦੂਸਰੇ ਵੱਲ ਦੇਖਣ ਲੱਗ ਜਾਂਦੀਆਂ ਹਨ। ਗੁਰਜੋਤ ਜਾ ਕੇ ਕਿਰਨ ਕੋਲ ਖਲੋ ਜਾਂਦੀ ਆ। ਕਿਰਨ, ਕਿਵੇਂ ਆ ਗੁਰਜੋਤ? ਗੁਰਜੋਤ, ਮੈਂ ਠੀਕ ਹਾਂ, ਪਰ ਇਹ ਸਭ ਕਿਵੇਂ ਹੋ ਗਿਆ? ਕਿਰਨ, ਬਸ ਕਿਸਮਤ। ਕਿਰਨ ਜਸ ਨੂੰ ਕਹਿੰਦੀ ਆ ਗੁਰਜੋਤ ਲਈ ਕੁਝ ਲੈ ਕੇ ਆਉਣਾ ਸੀ। ਗੁਰਜੋਤ ਸਮਝ ਆਉਂਦੀ ਆ ਕਿ ਕਿਰਨ ਉਸ ਨਾਲ ਕੋਈ ਗੱਲ ਕਰਨਾ ਚਾਹੁੰਦੀ ਆ, ਤਾਂ ਗੁਰਜੋਤ ਵੀ ਜਸ ਨੂੰ ਬੋਲਣ ਲੱਗ ਜਾਂਦਾ ਹੈ। ਹਾਂ ਜਸ, ਚਾਹ ਲੈ ਆਉਂਦਾ ਤਾਂ ਵਧੀਆ ਰਹਿੰਦਾ। ਜਸ, ਮੈਂ ਲੈ ਕੇ ਆਉਣਾ, ਤੁਸੀਂ ਗੱਲਾਂ ਕਰੋ। ਗੁਰਜੋਤ, ਹਮ। ਜਸ ਚਲਾ ਜਾਂਦਾ ਹੈ ਤਾਂ ਕਿਰਨ ਗੁਰਜੋਤ ਨੂੰ ਕਹਿੰਦੀ ਆ, ਕਿਰਨ, ਗੁਰਜੋਤ, ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਜਸ ਦੀ ਜ਼ਿੰਦਗੀ ਵਿੱਚ ਆਪਣੀ ਜਗ੍ਹਾ ਬਣਾ ਸਕਾਂ, ਪਰ ਦੁਨੀਆ ਦੀ ਨਜ਼ਰ ਵਿੱਚ ਤਾਂ ਮੈਂ ਉਸਦੀ ਪਤਨੀ ਹਾਂ, ਪਰ ਅੱਜ ਤੱਕ ਉਹ ਮੈਨੂੰ ਉਹ ਦਰਜਾ ਨਹੀਂ ਦੇ ਸਕਿਆ ਜਿਸ ਦੀ ਉਮੀਦ ਨਾਲ ਮੈਂ ਤੈਨੂੰ ਉਸ ਤੋਂ ਦੂਰ ਕੀਤਾ ਸੀ। ਗੁਰਜੋਤ, ਕਿਰਨ ਤੂੰ ਕਿਵੇਂ ਦੀਆਂ ਗੱਲਾਂ ਕਰਕੇ ਬੈਠ ਗਈ? ਮੈਂ ਇੱਥੇ ਉਹ ਸਭ ਗੱਲਾਂ ਕਰਨ ਨਹੀਂ ਆਈ, ਮੈਂ ਬਸ ਤੇਰਾ ਹਾਲ ਜਾਣਨ ਲਈ ਆਈ ਸੀ। ਜਿਵੇਂ ਹੀ ਮੈਨੂੰ ਪਤਾ ਲੱਗਾ ਕਿ ਤੂੰ ਹਸਪਤਾਲ ਹੈ ਤਾਂ ਮੇਰੇ ਕੋਲੋਂ ਰਿਹਾ ਨਾ ਗਿਆ। ਕਿਰਨ, ਜਸ ਨੇ ਦੱਸ ਦਿੱਤਾ? ਗੁਰਜੋਤ, ਹਾਂ, ਪਰ ਤੂੰ ਫਿਕਰ ਨਾ ਕਰ, ਤੈਨੂੰ ਕੁਝ ਨਹੀਂ ਹੁੰਦਾ, ਤੂੰ ਛੇਤੀ ਹੀ ਠੀਕ ਹੋ ਜਾਵੇਂਗੀ। ਕਿਰਨ ਹੱਸਦੀ ਹੋਈ, ਮੈਂ ਜਾਣਦੀ ਹਾਂ ਗੁਰਜੋਤ, ਬਸ ਆਹੀ ਫਰਕ ਆ ਤੇਰੇ ਅਤੇ ਮੇਰੇ 'ਚ। ਮੈਂ ਉਸ ਸਮੇਂ ਸੋਚ ਕੇ ਤੈਨੂੰ ਜਸ ਕੋਲੋਂ ਦੂਰ ਕਰਤਾ ਕਿ ਤੇਰੀ ਤਾਂ ਛੋਟੀ ਜਿਹੀ ਜ਼ਿੰਦਗੀ ਆ, ਕੀ ਪਤਾ ਕਦੋਂ ਤੈਨੂੰ ਮੌਤ ਆ ਜਾਣੀ ਆ, ਪਰ ਤੂੰ ਮੈਨੂੰ ਮੌਤ ਦੇ ਬਿਲਕੁਲ ਕੋਲ ਬੈਠੀ ਨੂੰ ਵੀ ਆਹੀ ਬੋਲ ਰਹੀ ਹਾਂ ਕਿ ਠੀਕ ਹੋ ਜਾਵੇਂਗੀ। ਤੂੰ ਮੈਨੂੰ ਜਿੱਦਾਂ ਦੇਖਣ ਚਾਹੁੰਦੀ, ਪਰ ਮੈਂ ਤੇਰੀ ਮੌਤ ਦੀ ਉਡੀਕ ਕਰਦੀ ਰਹੀ। ਗੁਰਜੋਤ, ਪਰ ਕਹਿੰਦੇ ਇਹ ਸਭ ਪੁਰਾਣੀਆਂ ਗੱਲਾਂ ਹਨ ਅਤੇ ਮੈਂ ਉਹ ਸਭ ਭੁੱਲ ਚੁੱਕੀ ਹਾਂ, ਇਸ ਲਈ ਉਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ। ਜੋ ਮੇਰੀ ਕਿਸਮਤ ਵਿੱਚ ਲਿਖਿਆ ਸੀ ਉਹ ਮੈਨੂੰ ਮਿਲਿਆ ਅਤੇ ਜੋ ਤੇਰੀ ਕਿਸਮਤ ਵਿੱਚ ਲਿਖਿਆ ਸੀ ਉਹ ਤੈਨੂੰ ਮਿਲਿਆ। ਜਸ ਮੇਰੀ ਕਿਸਮਤ ਵਿੱਚ ਨਹੀਂ ਸੀ, ਇਸ ਕਰਕੇ ਉਹਨੇ ਮੈਨੂੰ ਨਹੀਂ ਸੀ ਮਿਲਿਆ। ਕਿਰਨ, ਗੁਰਜੋਤ, ਕਾਸ਼ ਇਹ ਸਭ ਗੱਲਾਂ ਮੈਂ ਉਸ ਸਮੇਂ ਸਮਝ ਚੁੱਕੀ ਹੁੰਦੀ ਤਾਂ ਵਧੀਆ ਸੀ। ਤੇਰੀ ਕਿਸਮਤ ਦਾ ਤੇਰੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਹੋਇਆ ਕਿ ਉਹ ਮੈਨੂੰ ਨਾ ਮਿਲ ਕੇ ਵੀ ਅੱਜ ਵੀ ਤੇਰੀ ਕਿਸਮਤ ਵਿੱਚ ਆ। ਗੁਰਜੋਤ, ਨਹੀਂ ਕਿਰਨ, ਕਿਵੇਂ ਦੀਆਂ ਗੱਲਾਂ ਕਰ ਰਹੀ ਹਾਂ? ਜਸ ਤੇਰਾ ਹੈ ਤੇਰਾ ਹੀ ਰਹੇਗਾ, ਮੈਂ ਹੁਣ ਉਸਨੂੰ ਸਿਰਫ ਆਪਣਾ ਦੋਸਤ ਸਮਝਦੀ ਹਾਂ, ਉਸ ਤੋਂ ਵੱਧ ਕੇ ਕੁਛ ਨਹੀਂ। ਤੂੰ ਇਸ ਗੱਲ ਦੀ ਬਿਲਕੁਲ ਵੀ ਫਿਕਰ ਨਾ ਕਰੀ ਕਿ ਮੈਂ ਜਸ ਦੀ ਜ਼ਿੰਦਗੀ ਵਿੱਚ ਵਾਪਸ ਆ ਜਾਵਾਂਗੀ, ਮੈਂ ਕਦੇ ਵੀ ਤੇਰੀ ਜਗ੍ਹਾ ਲੈਣ ਦੀ ਕੋਸ਼ਿਸ਼ ਨਹੀਂ ਕਰਾਂਗੀ। ਇੰਨੇ ਨੂੰ ਜਸ ਕਮਰੇ ਵਿੱਚ ਆ ਜਾਂਦਾ ਹੈ ਅਤੇ ਗੁਰਜੋਤ ਦੀਆਂ ਗੱਲਾਂ ਸੁਣ ਲੈਂਦਾ ਹੈ, ਪਰ ਉਹ ਉਹਨਾਂ ਗੱਲਾਂ ਨੂੰ ਅਣਸੁਣੀਆਂ ਕਰਦਾ ਹੋਇਆ ਚਾਹ ਗੁਰਜੋਤ ਨੂੰ ਫੜਾਉਂਦਾ ਹੈ ਅਤੇ ਕਹਿੰਦਾ ਹੈ ਕਿ ਗੁਰਜੋਤ, ਮੇਰੇ ਘਰ ਦੇ ਆਉਣ ਵਾਲੇ ਹੋਣਗੇ, ਤੈਨੂੰ ਹੁਣ ਇੱਥੋਂ ਛੇਤੀ ਚਲੇ ਜਾਣਾ ਚਾਹੀਦਾ ਹੈ। ਗੁਰਜੋਤ, ਹਾਂ, ਮੈਂ ਵੀ ਬਸ ਆਹੀ ਸੋਚ ਰਹੀ ਸੀ, ਚਲੇ ਜਾਵਾਂ। ਕਿਰਨ, ਜਸ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਸੀ। ਗੁਰਜੋਤ ਸਮਝ ਚੁੱਕੀ ਸੀ ਕਿ ਕਿਰਨ ਉਸਨੂੰ ਸਭ ਪੁਰਾਣੀਆਂ ਗੱਲਾਂ ਦੱਸੇਗੀ ਜੋ ਉਸਨੇ ਕੀਤੀਆਂ ਸਨ। ਗੁਰਜੋਤ ਕਿਰਨ ਦੇ ਹੱਥ 'ਤੇ ਹੱਥ ਰੱਖ ਕੇ ਬੋਲਦੀ ਆ,
ਕਿਰਨ ਵੀ ਨਾ ਪਾਗਲ ਆ ਕਿ ਕਾਲਜ ਦੀਆਂ ਗੱਲਾਂ ਲੈ ਕੇ ਬੈਠ ਜਾਂਦੀ ਆ। ਜਸ ਤੈਨੂੰ ਪਤਾ ਸਾਡੀ ਕਲਾਸ ਵਿੱਚ ਇੱਕ ਮੈਂ ਮੁੰਡਾ ਹੁੰਦਾ ਸੀ ਜਿਸ ਨੂੰ ਸਾਰੀ ਲੱਡੂ ਕਹਿ ਕੇ ਬੁਲਾਉਂਦੀ ਸੀ। ਕਿਰਨ ਬਸ ਉਸ ਬਾਰੇ ਤੱਕ ਗੱਲਾਂ ਕਰ ਰਹੀ ਆ ਕਿ ਉਹ ਕਿੰਨਾ ਮੋਟਾ ਹੁੰਦਾ ਸੀ, ਪਤਾ ਨਹੀਂ ਹੁਣ ਕਿਵੇਂ ਦਾ ਹੋਇਆ ਹੋਵੇਗਾ। ਜਦ ਸਮਝ ਆਉਂਦਾ ਹੈ ਤਾਂ ਕਿਰਨ ਉਸ ਨੂੰ ਕੁਛ ਦੱਸਣ ਵਾਲੀ ਸੀ, ਪਰ ਗੁਰਜੋਤ ਨੇ ਗੱਲ ਬਦਲ ਦਿੱਤੀ। ਜਸ ਨੂੰ ਇੰਨੀ ਗੱਲ ਸਮਝ ਆ ਜਾਂਦੀ ਆ ਕਿ ਕੋਈ ਨਾ ਕੋਈ ਗੱਲ ਜ਼ਰੂਰ ਆ ਜੋ ਕਿ ਗੁਰਜੋਤ ਅਤੇ ਕਿਰਨ ਜਾਣਦੀਆਂ ਹਨ। ਉਹ ਇਸ ਗੱਲ ਤੋਂ ਅਣਜਾਣ ਹੈ, ਪਰ ਉਹ ਗੱਲ ਕੀ ਹੋ ਸਕਦੀ ਆ? ਇਹ ਸੋਚਦੇ ਹੋਏ ਉਹ ਇਹ ਦੇਖ ਰਿਹਾ ਸੀ ਜੋ ਗੁਰਜੋਤ ਉਸ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਰਹੀ ਸੀ। ਚਾਹ ਪੀਣ ਤੋਂ ਬਾਅਦ ਗੁਰਜੋਤ ਬੋਲਦੀ ਆ, ਚੱਲ ਠੀਕ ਆ ਕਿਰਨ, ਹੁਣ ਮੈਂ ਚੱਲਦੀ ਹਾਂ। ਕੀਰਤ ਵੀ ਬਹੁਤ ਜ਼ਿੱਦ ਕਰਦੀ ਸੀ ਕਿ ਮੈਂ ਗੁਰਜੀਤ ਨੂੰ ਮਿਲਣਾ ਹੈ, ਜਦੋਂ ਤੂੰ ਠੀਕ ਹੋਵੇਂਗੀ ਤਾਂ ਗੁਰਜੀਤ ਨੂੰ ਨਾਲ ਲੈ ਕੇ ਉੱਥੇ ਜ਼ਰੂਰ ਆਉਣਾ ਏ। ਬਹੁਤ ਯਾਦ ਕਰਦੀ ਸੀ। ਕਿਰਨ, ਸ਼ਾਇਦ ਮੈਂ ਹੁਣ ਤੈਨੂੰ ਕਦੇ ਵੀ ਨਾ ਮਿਲ ਸਕਾਂ। ਗੁਰਜੋਤ, ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ, ਤੂੰ ਜਵਾਕੜੀ ਥੋੜ੍ਹਾ ਆ, ਹੁਣ ਤਾਂ ਸਮਝਦਾਰੀ ਵਾਲੀਆਂ ਗੱਲਾਂ ਕਰਿਆ ਕਰ, ਤੇਰਾ ਇੱਕ ਬੇਟਾ ਹੈ। ਗੁਰਜੋਤ ਜਸ ਨੂੰ ਕਹਿੰਦੀ ਆ ਕਿ ਮੈਂ ਚੱਲਦੀ ਹਾਂ, ਕਿਰਨ ਦਾ ਧਿਆਨ ਰੱਖੀ। ਜਸ ਕੋਲੋਂ ਦੂਰ ਹੋਣ ਦਾ ਤਿੱਖ ਸਮਝੌਤਾ ਕਰਨ ਦਾ ਦਰਦ ਉਸ ਦੀਆਂ ਅੱਖਾਂ ਵਿੱਚੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਸੀ। ਜਸ ਸਿਰਫ ਉਸ ਵੱਲ ਦੇਖ ਰਿਹਾ ਸੀ। ਜਸ, ਕਿਰਨ ਮੈਂ ਗੁਰਜੋਤ ਨੂੰ ਹੇਠਾਂ ਚੜ ਕੇ ਆਉਣਾ ਹਾਂ। ਕਿਰਨ, ਨਹੀਂ ਜਸ, ਹਾਲੇ ਮੈਂ ਗੁਰਜੋਤ ਨਾਲ ਹੋਰ ਗੱਲਾਂ ਕਰਨਾ ਚਾਹੁੰਦੀ ਹਾਂ। ਗੁਰਜੋਤ ਕਿਰਨ ਵੱਲ ਦੇਖਦੀ ਹੋਈ ਸਮਝ ਰਹੀ ਸੀ ਕਿ ਕਿਰਨ ਅੱਜ ਜ਼ਰੂਰ ਸਾਰਾ ਕੁਝ ਉਸ ਨੂੰ ਦੱਸ ਦੇਵੇਗੀ, ਪਰ ਉਹ ਇਹ ਸਭ ਨਹੀਂ ਚਾਹੁੰਦੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਇਸ ਤਰ੍ਹਾਂ ਕਰਨ ਨਾਲ ਜਸ ਅਤੇ ਕਿਰਨ ਦਾ ਰਿਸ਼ਤਾ ਖਰਾਬ ਹੋਵੇਗਾ। ਉਹਨਾਂ ਦਾ ਇੱਕ ਬੱਚਾ ਵੀ ਆ ਜਿਸ 'ਤੇ ਇਸ ਗੱਲ ਦਾ ਅਸਰ ਹੋਵੇਗਾ। ਗੁਰਜੋਤ, ਜਸ ਤੂੰ ਕੋਈ ਟੈਕਸੀ ਬੁਲਾ ਦੇ, ਮੈਂ ਹੇਠਾਂ ਆਉਂਦੀ ਹਾਂ। ਜਾਂ ਸਮਝ ਆਉਂਦਾ ਹੈ ਕਿ ਇਹ ਗੁਰਜੋਤ ਕਿਰਨ ਨਾਲ ਫਿਰ ਤੋਂ ਕੋਈ ਜ਼ਰੂਰੀ ਗੱਲ ਕਰੇਗੀ, ਇਸ ਕਰਕੇ ਉਹ ਉਸ ਨੂੰ ਜਾਣ ਲਈ ਬੋਲ ਰਹੀ ਆ। ਉਹ ਬਿਨਾਂ ਕੋਈ ਗੱਲ ਕੀਤੀ ਉੱਥੋਂ ਚਲਾ ਜਾਂਦਾ ਹੈ। ਗੁਰਜੋਤ, ਕਿਰਨ ਤੂੰ ਸਮਝ ਕਿਉਂ ਨਹੀਂ ਰਹੀ? ਜਿਵੇਂ ਚੱਲ ਰਿਹਾ ਹੈ ਬਸ ਚੱਲਣ ਦੇ, ਤੈਨੂੰ ਜਸ ਨਾਲ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ ਆ। ਮੈਂ ਜਾਣਦੀ ਹਾਂ ਕਿ ਤੂੰ ਮੇਰੇ ਜਸ ਨਾਲ ਕੀ ਗੱਲ ਕਰਨਾ ਚਾਹੁੰਦੀ ਸੀ, ਪਰ ਮੈਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਆ। ਜੋ ਵੀ ਹੋਇਆ ਬਸ ਹੁਣ ਤੇਰੇ ਨਾਲ ਇਹੋ ਗੱਲ ਕਰਨੀ ਸੀ ਕਿ ਤੂੰ ਜਸ ਨੂੰ ਇਸ ਬਾਰੇ ਕੁਛ ਵੀ ਨਾ ਦੱਸੀ। ਮੈਂ ਨਹੀਂ ਚਾਹੁੰਦੀ ਕਿ ਜਸ ਨੂੰ ਕੁਛ ਵੀ ਪਤਾ ਲੱਗੇ ਅਤੇ ਤੁਹਾਡੇ ਰਿਸ਼ਤੇ ਵਿੱਚ ਕੋਈ ਵੀ ਮੁਸ਼ਕਲ ਆਵੇ। ਤੂੰ ਜਾਣਦੀ ਹਾਂ ਕਿ ਇਹ ਰਿਸ਼ਤਾ ਹੁਣ ਸਿਰਫ ਤੇਰਾ ਅਤੇ ਉਸਦਾ ਨਹੀਂ, ਗੁਰਜੀਤ ਦਾ ਵੀ ਆ। ਆਪਣੇ ਲਈ ਨਾ ਸਹੀ, ਪਰ ਆਪਣੇ ਬੱਚੇ ਲਈ ਹੀ ਤਾਂ ਤੂੰ ਚੁੱਪ ਰਹਿ ਸਕਦੀ ਹਾਂ। ਕਿਰਨ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਜਾਂਦੇ ਹਨ ਅਤੇ ਉਹ ਬੋਲਦੀ ਆ, ਨਹੀਂ ਗੁਰਜੋਤ, ਹੁਣ ਮੈਂ ਚੁੱਪ ਨਹੀਂ ਰਹਿ ਸਕਦੀ। ਮੈਂ ਜਾਣਦੀ ਹਾਂ ਕਿ ਮੇਰੇ ਕੋਲ ਇੰਨੀ ਜ਼ਿੰਦਗੀ ਨਹੀਂ ਆ, ਪਰ ਜਾਂਦੇ ਸਮੇਂ ਵੀ ਜੇਕਰ ਮੈਂ ਸਾਰਾ ਸੱਚ ਦੇ ਸਾਹਮਣੇ ਲਿਆ ਕੇ ਨਾ ਗਈ ਤਾਂ ਮੇਰੀ ਮੌਤ ਤੋਂ ਬਾਅਦ ਵੀ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਮੈਂ ਚਾਹੁੰਦੀ ਹਾਂ ਕਿ ਮੈਂ ਉਸਨੂੰ ਸਭ ਕੁਝ ਸੱਚ ਦੇਵਾਂ, ਕਿਉਂਕਿ ਮੈਂ ਆਪਣੀ ਕੀਤੀ ਗਲਤੀ ਦੀ ਸਜ਼ਾ ਤਾਂ ਭੁਗਤ ਹੀ ਰਹੀ ਹਾਂ, ਪਰ ਇਸ ਨੂੰ ਸੁਧਾਰ ਵੀ ਸਕਾਂ। ਗੁਰਜੋਤ, ਪਰ ਕਿਰਨ ਆ, ਕਿਰਨ ਪਲੀਜ਼ ਗੁਰਜੋਤ, ਤੈਨੂੰ ਜਸ ਦੀ ਕਸਮ, ਹੁਣ ਮੈਨੂੰ ਨਾ ਰੋਕੀ। ਮੈਂ ਫਿਰ ਤੋਂ ਆਪਣੇ ਮਤਲਬ ਲਈ ਹੀ ਸਭ ਕੁਝ ਜਸ ਨੂੰ ਦੱਸ ਰਹੀ ਹਾਂ ਤਾਂ ਕਿ ਅਗਲੀ ਦੁਨੀਆ 'ਚ ਜਾ ਕੇ ਸਜ਼ਾ ਘੱਟ ਮਿਲੂ। ਗੁਰਜੋਤ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਅਤੇ ਬੋਲਦੀ ਆ, ਤੂੰ ਕਿਵੇਂ ਬੋਲ ਰਹੀ ਹੈ ਯਾਰ, ਕੁਛ ਨਹੀਂ ਹੋਣ ਵਾਲਾ ਤੈਨੂੰ। ਇੰਨੇ ਨੂੰ ਜਸ ਆ ਜਾਂਦਾ ਹੈ ਅਤੇ ਗੁਰਜੋਤ ਨੂੰ ਐਵੇਂ ਦੇਖ ਕੇ ਉਸਦੇ ਕੋਲ ਆ ਜਾਂਦਾ ਹੈ ਅਤੇ ਗੁਰਜੋਤ ਨੂੰ ਪੁੱਛਦਾ ਹੈ, ਕੀ ਹੋਇਆ ਗੁਰਜੋਤ? ਗੁਰਜੋਤ ਦਾ ਰੋਣਾ ਨਿਕਲਣ ਲੱਗ ਜਾਂਦਾ ਹੈ ਤਾਂ ਜਸ ਉਸ ਨੂੰ ਗੱਲ ਨਾਲ ਲਾਉਂਦਾ ਹੋਇਆ ਪੁੱਛਦਾ ਹੈ, ਗੁਰਜੋਤ ਪੁੱਤ ਹੋਇਆ ਕੀ? ਕਿਰਨ ਗੁਰਜੋਤ ਦੇ ਪਤੀ ਜਸ ਦਾ ਇੰਨਾ ਪਿਆਰ ਦੇਖ ਕੇ ਸੋਚਦੀ ਆ ਕਿ ਕਾਸ਼ ਮੈਂ ਇਹ ਗਲਤੀ ਨਾ ਕਰਦੀ, ਇਹਨਾਂ ਦੋਵਾਂ ਨੂੰ ਦੂਰ ਮੈਂ ਕੀਤਾ ਸੀ, ਪਰ ਅੱਜ ਦੋਵੇਂ ਇਕੱਠੇ ਹਨ ਅਤੇ ਮੈਂ ਕੋਲ ਹੁੰਦੇ ਹੋਏ ਵੀ ਇੰਨੀ ਦੂਰ।
ਕਿਰਨ ਦੇਖਿਆ ਗੁਰਜੋਤ, ਅੱਜ ਤੱਕ ਮੈਂ ਜਸ ਦੇ ਮੂੰਹੋਂ ਇਹੋ ਸ਼ਬਦ ਸੁਣਨ ਲਈ ਤਰਸ ਗਈ ਸੀ। ਜਸ ਦੇ ਗੁਰਜੋਤ ਦਾ ਧਿਆਨ ਇੱਕਦਮ ਕਿਰਨ ਵੱਲ ਚਲਾ ਜਾਂਦਾ ਹੈ। ਗੁਰਜੋਤ, ਕਿਰਨ ਐਵੇਂ ਦੀ ਕੋਈ ਗੱਲ ਨਹੀਂ, ਜਸ ਨੂੰ ਤੇਰੀ ਫਿਕਰ ਮੇਰੇ ਨਾਲੋਂ ਵੱਧਦਾ। ਤੈਨੂੰ ਪਤਾ ਜਦੋਂ ਇਹ ਮੇਰੇ ਕੋਲ ਆਇਆ ਸੀ ਤਾਂ ਸਾਰਾ ਦਿਨ ਬਸ ਤੇਰੀਆਂ ਗੱਲਾਂ ਕਰਦਾ ਰਹਿੰਦਾ ਸੀ। ਜਸ ਚੁੱਪ ਚਾਪ ਖੜ੍ਹਾ ਹੁੰਦਾ ਹੈ। ਕਿਰਨ, ਗੁਰਜੋਤ ਮੈਨੂੰ ਪਤਾ ਹੈ ਕਿ ਜਸ ਨੇ ਮੈਨੂੰ ਕਿੰਨਾ ਕੁ ਯਾਦ ਕੀਤਾ ਹੋਵੇਗਾ, ਹੁਣ ਵੀ ਮਜਬੂਰੀ ਵਿੱਚ ਵਾਪਸ ਆਉਣਾ ਪਿਆ। ਗੁਰਜੋਤ, ਜਸ ਦੱਸ ਨਾ ਕਿੰਨਾ ਕਿੰਨਾ ਸਮਾਂ ਤੋਂ ਬਸ ਗੁਰਜੀਤ ਅਤੇ ਕਿਰਨ ਬਾਰੇ ਗੱਲਾਂ ਕਰਦਾ ਸੀ। ਜਸ ਗੁਰਜੋਤ ਵੱਲ ਦੇਖ ਰਿਹਾ ਸੀ, ਵਿੱਚ ਸਿਰ ਹਿਲਾਉਂਦਾ ਹੈ। ਕਿਰਨ, ਜਸ ਇੱਕ ਵਾਰ ਗੁਰਜੋਤ ਦੇ ਸਿਰ 'ਤੇ ਹੱਥ ਰੱਖ ਕੇ ਬਸ ਇੰਨਾ ਬੋਲਦੇ ਕਿ ਤੂੰ ਮੈਨੂੰ ਬਸ ਇੱਕ ਵਾਰ ਵੀ ਯਾਦ ਕੀਤਾ ਹੋਵੇ। ਜਸ ਗੁਰਜੋਤ ਵੱਲ ਦੇਖਣ ਲੱਗ ਜਾਂਦਾ ਹੈ। ਗੁਰਜੋਤ ਜਸ ਨੂੰ ਇਸ਼ਾਰਾ ਕਰਦੀ ਆ ਕਿ ਹੱਥ ਰੱਖੇ, ਪਰ ਜਸ ਮਨਾ ਕਰ ਦਿੰਦਾ ਹੈ। ਕਿਰਨ, ਦੇਖ ਲਿਆ ਤੇਰੇ ਕਹਿਣ 'ਤੇ ਵੀ ਤੇਰੀ ਝੂਠੀ ਸੋਹਣੀ ਖਾ ਸਕਿਆ, ਆਹੀ ਤਾਂ ਪਿਆਰ ਆ। ਚਲ ਹੁਣ ਇਹ ਸਭ ਛੱਡ, ਮੇਰੇ ਕੋਲ ਸਮਾਂ ਘੱਟ ਏ, ਮੈਨੂੰ ਮੇਰੀ ਗਲਤੀ ਸੁਧਾਰ ਲੈਣ ਦੇ। ਜਸ, ਗਲਤੀ ਮਤਲਬ? ਕਿਰਨ, ਹਾਂ ਜਸ, ਗਲਤੀ, ਮੇਰੀ ਗਲਤੀ ਜਿਸ ਵਜ੍ਹਾ ਕਰਕੇ ਤੂੰ ਅਤੇ ਗੁਰਜੋਤ ਇੱਕ ਦੂਸਰੇ ਤੋਂ ਦੂਰ ਹੋਏ। ਗੁਰਜੋਤ, ਕਿਰਨ ਚੁੱਪ ਕਰ। ਕਿਰਨ, ਨਹੀਂ ਗੁਰਜੋਤ, ਯਸ਼ ਤੈਨੂੰ ਜਾ ਦੇ, ਜਦੋਂ ਗੁਰਜੋਤ ਦੀ ਬਿਮਾਰੀ ਬਾਰੇ ਪਤਾ ਲੱਗਾ ਸੀ ਤਾਂ ਤੂੰ ਉਸ ਤੋਂ ਨਾਰਾਜ਼ ਹੋ ਗਿਆ ਸੀ ਕਿ ਉਸਨੇ ਤੈਨੂੰ ਦੱਸਿਆ ਨਹੀਂ ਇਸ ਬਾਰੇ। ਜਸ, ਹਮ। ਕਿਰਨ, ਮੈਂ ਸਭ ਜਾਣ ਗਈ ਸੀ ਕਿ ਗੁਰਜੋਤ ਖੁਦ ਵੀ ਆਪਣੀ ਬਿਮਾਰੀ ਬਾਰੇ ਨਹੀਂ ਜਾਣਦੀ ਸੀ। ਜਸ, ਪਰ ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਕਿਰਨ, ਬਸ ਆਹੀ ਤਾਂ ਗਲਤੀ ਕਰ ਗਈ, ਮੈਨੂੰ ਲਾਲਚ ਆ ਗਿਆ ਕਿ ਹੁਣ ਮੌਕਾ ਹੀ। ਤੇਰੇ ਪਾਪਾ ਨੇ ਮੈਨੂੰ ਕਿਹਾ ਸੀ ਕਿ ਜੇ ਮੈਂ ਗੁਰਜੋਤ ਨੂੰ ਤੇਰੇ ਤੋਂ ਦੂਰ ਕਰ ਦੇਵਾਂ ਤਾਂ ਉਹ ਤੇਰਾ ਵਿਆਹ ਮੇਰੇ ਨਾਲ ਕਰ ਦੇਣਗੀ। ਮੈਨੂੰ ਇਹ ਹੋਇਆ ਕਿ ਇੰਨੇ ਵੱਡੇ ਘਰ ਵਿੱਚ ਜਾਣ ਦਾ ਆਹੀ ਮੌਕਾ ਹੈ। ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਅਤੇ ਸ਼ੁਰੂ ਕੀਤਾ ਗੁਰਜੋਤ ਲਈ ਤੇਰੇ ਦਿਲ ਵਿੱਚ ਨਫ਼ਰਤ ਪੈਦਾ ਕਰਨ ਦਾ ਕੰਮ। ਜਸ ਕਿਰਨ ਦੀ ਗੱਲ ਬਹੁਤ ਧਿਆਨ ਨਾਲ ਸੁਣ ਰਿਹਾ ਸੀ। ਦੂਜੇ ਪਾਸੇ ਗੁਰਜੋਤ ਚੁੱਪ ਬੈਠੀ ਸੋਚ ਰਹੀ ਸੀ ਕਿ ਇਹ ਸੱਚਾਈ ਆਵੇ ਸਾਹਮਣੇ ਆਵੇਗੀ, ਕਦੀ ਸੋਚਿਆ ਨਹੀਂ ਸੀ। ਕਿਰਨ, ਤੂੰ ਪੁੱਛਦਾ ਸੀ ਨਾ ਕਿ ਗੁਰਜੋਤ ਤੇਰੇ ਬਾਰੇ ਗੱਲ ਕਰਦੀ ਜਾਂ ਨਹੀਂ? ਗੁਰਜੋਤ ਨੇ ਮੈਨੂੰ ਬਹੁਤ ਫੋਨ ਕੀਤੇ ਕਿ ਤੇਰੇ ਨਾਲ ਗੱਲ ਕਰਵਾਵੇ, ਪਰ ਉਸ ਨੂੰ ਇਹ ਕਹਿ ਕੇ ਮਨਾ ਕਰਦੀ ਰਹੀ ਕਿ ਤੂੰ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਜਸ, ਕੀ? ਕਿਰਨ, ਹਾਂ ਮੈਂ ਆਹੀ ਬੋਲਿਆ ਸੀ। ਗੁਰਜੋਤ ਤੇਰੇ ਘਰ ਵੀ ਆਉਂਦੀ ਰਹੀ ਪਰ ਤੈਨੂੰ ਦੱਸਿਆ ਨਹੀਂ ਗਿਆ। ਜਦੋਂ ਅਸੀਂ ਬਾਹਰ ਜਾ ਰਹੇ ਸੀ ਉਦੋਂ ਵੀ ਗੁਰਜੋਤ ਨੇ ਫੋਨ ਕੀਤੀ ਪਰ ਮੈਂ ਦੱਸਿਆ ਨਹੀਂ। ਅਤੇ ਗੁਰਜੋਤ ਦੀ ਦਾਦੀ ਸੱਚੀ ਬਿਮਾਰ ਸੀ, ਉਸ ਸਮੇਂ ਤੈਨੂੰ ਉਸਨੇ ਮਦਦ ਲਈ ਫੋਨ ਕੀਤਾ ਸੀ ਪਰ ਮੈਂ ਤੈਨੂੰ ਉਸ ਤੋਂ ਦੂਰ ਕਰਦੀ ਰਹੀ। ਗੁਰਜੋਤ ਇੱਕ ਵਾਰ ਨਹੀਂ ਬਲਕਿ ਬਹੁਤ ਵਾਰ ਤੈਨੂੰ ਮਿਲਣ ਦੀ ਕੋਸ਼ਿਸ਼ ਕਰਦੀ ਰਹੀ ਪਰ ਹਰ ਵਾਰ ਵਿੱਚ ਮੈਂ ਆ ਗਈ, ਜਿਸ ਲਈ ਮੈਨੂੰ ਅੱਜ ਪਛਤਾਵਾ ਹੋ ਰਿਹਾ। ਗੁਰਜੋਤ ਤੈਨੂੰ ਬਹੁਤ ਪਿਆਰ ਕਰਦੀ ਆ, ਉਸ ਸਮੇਂ ਉਸਨੂੰ ਤੇਰੀ ਜ਼ਰੂਰਤ ਸੀ ਜਦੋਂ ਉਸਨੂੰ ਆਪਣੀ ਜ਼ਿੰਦਗੀ ਦਾ ਇੰਨਾ ਵੱਡਾ ਸੱਚ ਪਤਾ ਲੱਗਾ, ਪਰ ਮੈਂ ਉਸਨੂੰ ਤੇਰੇ ਤੋਂ ਦੂਰ ਕਰਤਾ। ਤੈਨੂੰ ਯਾਦ ਆ ਇੱਕ ਵਾਰ ਤੂੰ ਕਿਹਾ ਸੀ ਕਿ ਤੂੰ ਗੁਰਜੋਤ ਨੂੰ ਮਿਲਣਾ ਹੈ ਅਤੇ ਮੈਂ ਤੈਨੂੰ ਕਿਹਾ ਕਿ ਉਹ ਤੈਨੂੰ ਮਿਲਣਾ ਨਹੀਂ ਚਾਹੁੰਦੀ, ਇਹ ਵੀ ਝੂਠ ਸੀ। ਮੈਂ ਉਸਨੂੰ ਇਸ ਬਾਰੇ ਦੱਸਿਆ ਹੀ ਨਹੀਂ ਸੀ ਅਤੇ ਕੰਟੀਨ ਵਿੱਚ ਕਿਸੇ ਮੁੰਡੇ ਨਾਲ ਬੈਠੀ ਉਹ ਕੌਫੀ ਨਹੀਂ ਸੀ ਪੀ ਰਹੀ। ਉਸ ਮੁੰਡੇ ਨੂੰ ਮੈਂ ਭੇਜਿਆ ਸੀ ਕਿ ਗੁਰਜੋਤ ਕੋਲ ਨੋਟਸ ਲੈਣ ਦੇ ਬਹਾਨੇ ਜਾਵੇ, ਫਿਰ ਉਸਨੂੰ ਕਿਹਾ ਕਿ ਜ਼ਬਰਦਸਤੀ ਕੌਫੀ ਮੰਗਵਾ ਲਵੇ ਤਾਂ ਕਿ ਤੈਨੂੰ ਲੱਗੇ ਗੁਰਜੋਤ ਕਿਸੇ ਹੋਰ ਮੁੰਡੇ ਨਾਲ ਬੈਠੀ ਕੌਫੀ ਪੀ ਰਹੀ ਆ। ਕਿਰਨ ਜਸ ਨੂੰ ਸਾਰਾ ਸੱਚ ਦੱਸ ਦੇ ਰਹੀ ਅਤੇ ਜਸ ਵੀ ਪੂਰੇ ਧਿਆਨ ਨਾਲ ਉਸੇ ਗੱਲ ਸੁਣ ਰਿਹਾ ਸੀ। ਗੁਰਜੋਤ ਮਨ ਵਿੱਚ ਸੋਚ ਰਹੀ ਸੀ ਕਿ ਪਤਾ ਨਹੀਂ ਹੁਣ ਜਸ ਕੀ ਰਿਐਕਟ ਕਰੂਗਾ। ਜਸ, ਕਿਰਨ ਪਰ ਤੂੰ ਇੰਨਾ ਵੱਡਾ ਧੋਖਾ ਸਾਡੇ ਨਾਲ ਕਿਵੇਂ ਕਰ ਸਕਦੀ ਹਾਂ? ਅਸੀਂ ਹਮੇਸ਼ਾ ਤੈਨੂੰ ਆਪਣੇ ਇੱਕ ਦੋਸਤ ਸਮਝਿਆ ਸੀ, ਗੁਰਜੋਤ ਨਾਲੋਂ ਵੱਧ ਕੇ ਮੈਂ ਤੇਰਾ ਕਰਦਾ ਸੀ। ਗੁਰਜੋਤ ਨਾਲੋਂ ਪਹਿਲਾਂ ਮੈਂ ਤੈਨੂੰ ਮਿਲਿਆ ਸੀ ਅਤੇ ਤੈਨੂੰ ਹੀ ਆਪਣੀ ਸੱਚੀ ਦੋਸਤ ਮੰਨਦਾ ਸੀ। ਮੈਂ ਜਾਣਦਾ ਹਾਂ
ਕਿ ਮੈਨੂੰ ਪਿਆਰ ਗਜਯੋਧ ਨਾਲ ਹੋਇਆ, ਪਰ ਮੈਂ ਤੈਨੂੰ ਕਦੇ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਤੇਰੇ ਨਾਲੋਂ ਵੱਧ ਅਹਿਮੀਅਤ ਗੁਰਜੋਤ ਨੂੰ ਦਿੱਤੀ ਹੋਵੇ। ਕਾਲਜ ਵਿੱਚ ਵੀ ਮੈਂ ਹਮੇਸ਼ਾ ਤੈਨੂੰ ਹਰ ਗੱਲ ਦੱਸਦਾ ਰਿਹਾ, ਇੱਥੋਂ ਤੱਕ ਕਿ ਗੁਰਜੋਤ ਦੇ ਨਾਲ ਜਦੋਂ ਵੀ ਗੱਲ ਕਰਨੀ ਜਾਂ ਮਿਲਣਾ ਤਾਂ ਪਹਿਲਾਂ ਮੈਂ ਤੈਨੂੰ ਦੱਸਦਾ, ਤੇਰੇ ਰਾਹੀਂ ਹੀ ਤਾਂ ਮੈਂ ਇਸ ਨੂੰ ਮਿਲਿਆ ਸੀ, ਫਿਰ ਤੂੰ ਇਹ ਸਭ ਕਿਵੇਂ ਕਰ ਸਕਦੀ ਹਾਂ? ਤੂੰ ਜਾਣਦੀ ਸੀ ਕਿ ਮੈਂ ਇਸ ਨੂੰ ਕਿੰਨਾ ਪਿਆਰ ਕਰਦਾ ਹਾਂ, ਇੱਥੋਂ ਤੱਕ ਕਿ ਉਸ ਨੂੰ ਵੀ ਕੁਛ ਨਹੀਂ ਪਤਾ ਸੀ। ਮੈਂ ਤੈਨੂੰ ਇਹ ਦੱਸਿਆ ਸੀ ਕਿ ਗੁਰਜੋਤ ਨੂੰ ਪਸੰਦ ਕਰਦਾ ਹਾਂ। ਕਿਰਨ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਜਾਂਦੇ ਹਨ ਅਤੇ ਉਹ ਬੋਲਦੀ ਆ ਕਿ ਮੈਂ ਜਾਣਦੀ ਹਾਂ ਜਸ ਮੇਰੀ ਗਲਤੀ ਮਾਫ਼ੀ ਦੇ ਲਾਇਕ ਨਹੀਂ ਆ, ਪਰ ਫਿਰ ਵੀ ਹੋ ਸਕਿਆ ਤਾਂ ਮੈਨੂੰ ਮਾਫ਼ ਕਰ ਦੇ। ਜੋ ਮੈਂ ਕੀਤਾ ਉਸਦੀ ਸਜ਼ਾ ਮੈਨੂੰ ਮਿਲ ਰਹੀ। ਮੈਂ ਨਹੀਂ ਚਾਹੁੰਦੀ ਕਿ ਅੱਗੇ ਜਾ ਕੇ ਮੇਰੀ ਇਸ ਗਲਤੀ ਦੀ ਸਜ਼ਾ ਮੇਰੇ ਗੁਰਜੀਤ ਨੂੰ ਮਿਲੇ। ਮੇਰੇ ਕੋਲ ਬਹੁਤ ਥੋੜ੍ਹੀ ਸਮਾਂ ਹੈ, ਇਸ ਲਈ ਮੈਂ ਚਾਹੁੰਦੀ ਹਾਂ ਤੁਸੀਂ ਦੋਵੇਂ ਇੱਕ ਹੋ ਜਾਓ। ਗੁਰਜੋਤ, ਤੂੰ ਇਹ ਕੀ ਬੋਲ ਰਹੀ ਆ? ਤੂੰ ਜਾਣਦੀ ਵੀ ਆ ਕਿ ਤੂੰ ਕੀ ਕਹਿ ਰਹੀ ਆ? ਹੁਣ ਇਹ ਸਭ ਬਿਲਕੁਲ ਵੀ ਪੋਸੀਬਲ ਨਹੀਂ ਆ। ਮੈਂ ਤਾਂ ਉਸ ਦਿਨ ਹੀ ਜਸ ਨਾਲ ਵਿਆਹ ਕਰਨ ਦਾ ਖਿਆਲ ਮਨ 'ਚੋਂ ਕੱਢ ਦਿੱਤਾ ਸੀ ਜਿਸ ਦਿਨ ਮੈਨੂੰ ਪਤਾ ਲੱਗਾ ਕਿ ਮੈਨੂੰ ਐਡੀ ਵੱਡੀ ਬਿਮਾਰੀ ਆ। ਇਹ ਕਦੇ ਵੀ ਨਹੀਂ ਕਰ ਸਕਦੀ। ਕਿਰਨ, ਮੈਂ ਜਾਣਦੀ ਹਾਂ ਗੁਰਜੋਤ ਕਿ ਤੂੰ ਸਹੀ ਕਹਿ ਰਹੀ ਆ, ਪਰ ਫਿਰ ਵੀ ਦੇਖ, ਮੌਤ ਦਾ ਪਤਾ ਨਹੀਂ ਕਿ ਕਿਸ ਨੂੰ ਪਹਿਲਾਂ ਆ ਜਾਵੇ। ਤੈਨੂੰ ਬਿਮਾਰੀ ਜ਼ਰੂਰ ਆ, ਪਰ ਮੈਂ ਤਾਂ ਤੰਦਰੁਸਤ ਸੀ, ਪਰ ਮੌਤ ਨੇ ਪਹਿਲਾਂ ਮੈਨੂੰ ਚੁਣਿਆ। ਇਸ ਦਾ ਮਤਲਬ ਆ ਕਿ ਮੌਤ ਕਦੇ ਵੀ ਇਹ ਦੇਖ ਕੇ ਨਹੀਂ ਆਉਂਦੀ ਕਿ ਉਸਨੂੰ ਕੋਈ ਬਿਮਾਰੀ ਆ। ਸਮਾਂ ਬਹੁਤ ਕੁਝ ਦਿਖਾ ਜਾਂਦਾ ਹੈ। ਮੈਂ ਜੋ ਕੁਝ ਦੇਖਿਆ ਉਹ ਇਹ ਹੈ ਕਿ ਇਨਸਾਨ ਦੀ ਜ਼ਿੰਦਗੀ ਦਾ ਇੱਕ ਪਲ ਦਾ ਵੀ ਪਤਾ ਨਹੀਂ। ਮੈਂ ਸੋਚ ਰਹੀ ਸੀ ਕਿ ਮੈਂ ਜਸ ਨਾਲ ਸਾਰੀ ਜ਼ਿੰਦਗੀ ਬਿਤਾਉਣੀ ਆ ਅਤੇ ਤੇਰੇ ਕੋਲ ਜ਼ਿੰਦਗੀ ਹੀ ਕਿੰਨੀ ਬਾਕੀ ਆ, ਪਰ ਅੱਜ ਮੇਰੀ ਮੌਤ ਮੈਨੂੰ ਇਹ ਚੀਜ਼ ਦਿਖਾ ਰਹੀ ਆ ਕਿ ਨਹੀਂ, ਰੱਬ ਨਾਲੋਂ ਵੱਡਾ ਕੁਛ ਨਹੀਂ ਆ। ਮੈਨੂੰ ਮੇਰੇ ਕੀਤੇ ਦੀ ਸਜ਼ਾ ਮਿਲ ਰਹੀ ਆ ਅਤੇ ਮੈਂ ਨਹੀਂ ਚਾਹੁੰਦੀ ਕਿ ਇਹ ਸਜ਼ਾ ਗੁਰਜੀਤ ਨੂੰ ਮਿਲੇ, ਅਤੇ ਮੈਂ ਜਾਣਦੀ ਹਾਂ ਕਿ ਤੇਰੇ ਨਾਲੋਂ ਵੱਧ ਕੇ ਪਿਆਰ ਗੁਰਜੀਤ ਨੂੰ ਕੋਈ ਨਹੀਂ ਕਰ ਸਕਦਾ। ਗੁਰਜੋਤ, ਕਿਰਨ ਤੋਂ ਸੱਚਮੁੱਚ ਪਾਗਲ ਹੋ ਗਈ ਹਾਂ? ਮੈਂ ਤੇਰੀਆਂ ਇਹ ਸਭ ਗੱਲਾਂ ਸੁਣਨ ਵਾਸਤੇ ਇੱਥੇ ਨਹੀਂ ਆਈ ਸੀ, ਮੈਂ ਸਿਰਫ ਤੇਰਾ ਪਤਾ ਲੈਣ ਆਈ ਸੀ। ਤੈਨੂੰ ਕੁਝ ਨਹੀਂ ਹੁੰਦਾ, ਤੂੰ ਬਿਲਕੁਲ ਠੀਕ ਹੋ ਜਾਵੇਂਗੀ, ਫਿਕਰ ਨਾ ਕਰ। ਹੁਣ ਮੈਨੂੰ ਜਾਣਾ ਚਾਹੀਦਾ ਆ, ਇਸ ਤੋਂ ਪਹਿਲਾਂ ਕਿ ਜਸ ਦੇ ਮੰਮੀ ਪਾਪਾ ਇੱਥੇ ਆ ਜਾਣ। ਗੁਰਜੋਤ, ਜਸ ਤੂੰ ਮੈਨੂੰ ਬਾਹਰ ਤੱਕ ਛੱਡਣ ਜਾ ਸਕਦਾ ਹੈ? ਜਸ, ਜੋ ਕਿ ਚੁੱਪ ਚਾਪ ਖੜ੍ਹਾ ਇਹ ਸੋਚ ਰਿਹਾ ਸੀ ਕਿ ਮੈਂ ਉਸ ਸਮੇਂ ਇੱਕ ਵਾਰ ਗੁਰਜੋਤ ਨੂੰ ਮਿਲਦਾ ਤਾਂ ਸ਼ਾਇਦ ਅੱਜ ਇਹ ਸਭ ਕੁਝ ਨਾ ਦੇਖਣਾ ਪੈਂਦਾ। ਗੁਰਜੋਤ ਨੇ ਮੇਰੇ ਤੋਂ ਵੱਡਾ ਸੱਚ ਛੁਪਾਇਆ, ਇੰਨਾ ਕੁਝ ਸਹਿੰਦੀ ਰਹੀ, ਇਸ ਨੂੰ ਇੰਨੀਆਂ ਗੱਲਾਂ ਕੀਤੀਆਂ, ਪਰ ਉਸਨੇ ਸੱਚ ਨਾ ਦੱਸਿਆ। ਜਸ ਗੁਰਜੋਤ ਨਾਲ ਚੱਲ ਪੈਂਦਾ ਹੈ ਅਤੇ ਗੁਰਜੋਤ, ਜਸ ਮੈਂ ਚਾਹੁੰਦੀ ਹਾਂ ਕਿ ਤੂੰ ਕਿਰਨ ਦੀ ਕਿਸੇ ਵੀ ਗੱਲ ਨੂੰ ਦਿਲ 'ਤੇ ਨਾ ਲਾਈ, ਜੋ ਹੋ ਗਿਆ ਸੋ ਹੋ ਗਿਆ। ਮੈਨੂੰ ਉਸ ਨਾਲ ਕੋਈ ਨਾਰਾਜ਼ਗੀ ਨਹੀਂ ਅਤੇ ਤੂੰ ਵੀ ਸਭ ਭੁੱਲ ਜਾ। ਮੈਂ ਨਹੀਂ ਜਾਣਦੀ ਕਿ ਅੱਗੇ ਕੀ ਹੋਣਾ ਹੈ, ਪਰ ਮੈਂ ਚਾਹੁੰਦੀ ਹਾਂ ਕਿ ਜਿੰਨਾ ਸਮਾਂ ਵੀ ਕਿਰਨ ਤੇਰੇ ਨਾਲ ਆ ਤੂੰ ਉਸ ਨੂੰ ਖੁਸ਼ ਰੱਖੀ ਅਤੇ ਉਸ ਨੂੰ ਕਦੇ ਵੀ ਇਹ ਅਹਿਸਾਸ ਨਾ ਹੋਣ ਦੇਵੀਂ ਕਿ ਤੂੰ ਉਸ ਨਾਲ ਨਾਰਾਜ਼ ਆ। ਚਾਹੇ ਉਸਨੇ ਜੋ ਵੀ ਕੀਤਾ, ਪਰ ਇੱਕ ਵਾਰ ਇਹ ਜ਼ਰੂਰ ਸੋਚ ਲਈ ਕਿ ਉਹ ਤੇਰੀ ਪਤਨੀ ਆ, ਤੇਰੇ ਬੱਚੇ ਦੀ ਮਾਂ ਆ। ਉਸਨੇ ਤੇਰੇ ਲਈ ਬਹੁਤ ਕੁਝ ਕੀਤਾ। ਉਸ ਸਮੇਂ ਬੇਸ਼ੱਕ ਉਸਨੇ ਲਾਲਚ ਕਰਕੇ ਵਿਆਹ ਕਰਵਾਇਆ ਸੀ, ਪਰ ਅੱਜ ਉਸ ਦੀਆਂ ਨਜ਼ਰਾਂ ਵਿੱਚ ਤੇਰੇ ਲਈ ਪਿਆਰ ਦੀ ਭੁੱਖ ਦੇਖੀ ਆ। ਮੈਂ ਚਾਹੁੰਦੀ ਹਾਂ ਕਿ ਤੂੰ ਉਸ ਨਾਲ ਵਧੀਆ ਰਹੀਂ ਅਤੇ ਉਸਨੂੰ ਕਿਸੇ ਵੀ ਗੱਲ ਲਈ ਕੁਛ ਭੁੱਲੀ ਨਾ। ਜਸ, ਗੁਰਜੋਤ, ਤੈਨੂੰ ਲੱਗਦਾ ਕਿ ਮੈਂ ਇੱਕ ਝੂਠੀ ਜ਼ਿੰਦਗੀ ਜੀ ਸਕਦਾ ਹਾਂ? ਮਤਲਬ ਕਿ ਤੂੰ ਕਹਿ ਕੀ ਰਹੀ ਆ? ਤੂੰ ਜਾਣਦੀ ਆ ਕਿ ਮੈਨੂੰ ਝੂਠ ਅਤੇ ਧੋਖੇ ਨਾਲ ਕਿੰਨੀ ਨਫ਼ਰਤ ਆ। ਤੂੰ ਬੋਲ ਰਹੀ ਹਾਂ ਕਿ ਮੈਂ ਉਸ ਨਾਲ ਵਧੀਆ ਤਰੀਕੇ ਨਾਲ ਪੇਸ਼ ਆਵਾਂ, ਜਦੋਂ ਤੱਕ ਮੈਨੂੰ ਇਹ ਚੀਜ਼ ਨਹੀਂ ਪਤਾ ਸੀ ਕਿ ਕਿਰਨ ਨੇ ਸਭ ਕੁਝ ਕੀਤਾ ਹੈ, ਤਾਂ ਮੈਂ ਉਸ ਨਾਲ ਇੱਕ ਵਧੀਆ ਪਤੀ ਦੀ ਤਰ੍ਹਾਂ ਬਿਹੇਵ ਨਹੀਂ ਕਰ ਸਕਿਆ।
ਜੇ ਹੁਣ ਮੈਨੂੰ ਪਤਾ ਚੱਲਿਆ ਹੈ ਕਿ ਮੇਰੀ ਜ਼ਿੰਦਗੀ ਖਰਾਬ ਉਸ ਦੀ ਵਜ੍ਹਾ ਕਰਕੇ ਹੋਈ ਆ, ਤਾਂ ਫਿਰ ਮੈਂ ਉਸ ਨਾਲ ਕਿਵੇਂ ਇੱਕ ਵਧੀਆ ਪਤੀ ਦੀ ਤਰ੍ਹਾਂ ਰਹਿ ਸਕਦਾ ਹਾਂ? ਗੁਰਜੋਤ, ਜਸ ਦੇਖ, ਮੈਂ ਤੇਰੀ ਹਰ ਗੱਲ ਸਮਝ ਰਹੀ ਹਾਂ, ਪਰ ਸਿਰਫ ਇੱਕ ਵਾਰ ਤੂੰ ਸੋਚ ਕੇ ਦੇਖ। ਉਹ ਕੁਝ ਗਲਤ ਨਹੀਂ ਮੰਗ ਰਹੀ, ਉਸਨੇ ਗਲਤ ਜ਼ਰੂਰ ਕੀਤਾ ਤੈਨੂੰ ਪਾਉਣ ਲਈ, ਪਰ ਅੱਜ ਉਹ ਤੇਰੇ ਬੱਚੇ ਦੀ ਮਾਂ, ਉਹਦੀ ਮੰਗ ਬਿਲਕੁਲ ਜਾਇਜ਼ ਆ। ਉਹ ਆਪਣਾ ਹੱਕ ਮੰਗ ਰਹੀ ਆ ਜੋ ਤੂੰ ਨਹੀਂ ਦੇ ਰਿਹਾ। ਅੱਜ ਤੂੰ ਵੀ ਉਹੀ ਕਰੇਗਾ ਤਾਂ ਫਿਰ ਉਹ ਤੇਰੇ ਅਤੇ ਉਸ ਵਿੱਚ ਕੋਈ ਫਰਕ ਨਹੀਂ ਰਹਿਣਾ। ਜਸ, ਪਰ ਤੇਰਾ ਕੀ ਕਸੂਰ ਸੀ? ਤੇਰਾ ਹੱਕ ਕਿਉਂ ਖੋਲਿਆ? ਇਸ ਹਿਸਾਬ ਨਾਲ ਤਾਂ ਤੇਰੇ ਲਈ ਵੀ ਬੇਇਨਸਾਫੀ ਹੋਈ। ਮੈਂ ਕਿਰਨ ਨੂੰ ਮਾਫ਼ ਕਰਕੇ ਉਸ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਬਾਰੇ ਸੋਚ ਲਵਾਂ, ਪਰ ਤੇਰਾ ਕੀ ਕਸੂਰ ਸੀ? ਤੂੰ ਕਿਉਂ ਸਜ਼ਾ ਭੁਗਤ ਰਹੀ? ਜਸ ਬਾਹਰ ਆ ਕੇ ਉੱਥੇ ਹੀ ਬੈਠ ਜਾਂਦਾ ਹੈ। ਗੁਰਜੋਤ ਉਸ ਨੂੰ ਬਾਹਰ ਬਾਰੇ ਜ਼ੋਰ ਲਗਾ ਰਹੀ ਸੀ ਕਿ ਉਹ ਕਿਰਨ ਨੂੰ ਇਸ ਬਾਰੇ ਕੁਛ ਨਾ ਬੋਲੇ। ਇੰਨੇ ਨੂੰ ਗੁਰਜੋਤ ਨੂੰ ਗੁਰਜੇ ਦੀ ਆਵਾਜ਼ ਸੁਣਾਈ ਦਿੰਦੀ ਆ, ਤਾਂ ਉਹ ਪਿੱਛੇ ਮੁੜ ਕੇ ਦੇਖਦੀ ਆ। ਜਿਵੇਂ ਹੀ ਗੁਰਜੋਤ ਪਿੱਛੇ ਮੁੜ ਕੇ ਦੇਖਦੀ ਆ, ਤਾਂ ਗੁਰਜੀਤ ਭੱਜ ਕੇ ਉਸ ਨੂੰ ਜੱਫੀ ਪਾ ਲੈਂਦਾ ਹੈ। ਗੁਰਜੋਤ ਵੀ ਉਸ ਨੂੰ ਮਿਲਣ ਲੱਗ ਜਾਂਦੀ ਆ ਅਤੇ ਗੁਰਜੋਤ ਉਸ ਕੋਲ ਹੇਠਾਂ ਬਹਿ ਜਾਂਦੀ ਆ, ਤਾਂ ਗੁਰਜੀਤ ਉਸ ਨੂੰ ਸਵਾਲ ਕਰਦਾ ਹੈ। ਗੁਰਜੀਤ, ਆਂਟੀ ਕੀਰਤ ਕਿੱਥੇ ਆ? ਗੁਰਜੋਤ, ਬੇਟਾ ਉਹ ਘਰ ਆਪਣੀ ਦਾਦੀ ਦੇ ਕੋਲ ਆ। ਕਿਵੇਂ ਹੋ ਤੁਸੀਂ? ਗੁਰਜੀਤ, ਮੈਂ ਠੀਕ ਹਾਂ, ਪਰ ਤੁਸੀਂ ਕੀਰਤ ਨੂੰ ਨਾਲ ਕਿਉਂ ਨਹੀਂ ਲੈ ਕੇ ਆਏ? ਗੁਰਜੀਤ ਦੇ ਸਿਰ 'ਤੇ ਹੱਥ ਰੱਖਦੀ ਹੋਈ ਬੋਲਦੀ ਆ, ਅਗਲੀ ਵਾਰ ਜਦੋਂ ਮੈਂ ਆਵਾਂਗੀ ਤਾਂ ਕੀਰਤ ਨੂੰ ਨਾਲ ਲੈ ਕੇ ਆਵਾਂਗੀ, ਫਿਰ ਤੂੰ ਉਸ ਨੂੰ ਮਿਲ ਲਈ। ਜਸ ਗੁਰਜੀਤ ਵੱਲ ਨੂੰ ਆਉਂਦਾ ਹੈ ਅਤੇ ਉਸ ਨੂੰ ਬੋਲਦਾ ਹੈ। ਜਸ, ਗੁਰਜੀਤ ਦਾਦੀ ਮੰਮਾ ਹੋਣੀ ਆਏ ਨਹੀਂ? ਗੁਰਜੀਤ ਜਸ ਨੂੰ ਮਿਲਦਾ ਹੈ ਅਤੇ ਉਸ ਨੂੰ ਬੋਲਦਾ ਹੈ ਕਿ ਪਾਪਾ ਦਾਦੀ ਮੰਮਾ ਆਏ ਨਹੀਂ, ਉਹਨਾਂ ਪਿੱਛੇ ਆ ਰਹੇ ਨੇ। ਮੈਂ ਡਰਾਈਵਰ ਨਾਲ ਅੰਦਰ ਆ ਗਿਆ। ਦਾਦੀ ਮੰਮਾ ਬਾਹਰ ਉਤਰੇ ਸੀ, ਉਹਨਾਂ ਨੂੰ ਕੋਈ ਕੰਮ ਸੀ। ਜਸ ਅਤੇ ਗੁਰਜੋਤ ਇੱਕ ਦੂਸਰੇ ਵੱਲ ਵੇਖਣ ਲੱਗ ਜਾਂਦੇ ਹਨ ਅਤੇ ਗੁਰਜੋਤ ਬੋਲਦੀ ਆ, ਗੁਰਜੋਤ ਜਸ ਮੈਨੂੰ ਹੁਣ ਜਾਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਤੇਰੀ ਮੰਮੀ ਪਾਪਾ ਇੱਥੇ ਆ ਜਾਣ। ਫਿਰ ਗੁਰਜੋਤ ਦਾ ਧਿਆਨ ਜਦੋਂ ਗੁਰਜੀਤ ਵੱਲ ਪੈਂਦਾ ਹੈ ਤਾਂ ਉਹ ਜਸ ਨੂੰ ਕਹਿੰਦੇ ਆ ਕਿ ਗੁਰਜੀਤ ਨੇ ਆਪਣੀ ਦਾਦੀ ਨੂੰ ਕੁਛ ਦੱਸ ਦਿੱਤਾ ਤਾਂ ਫਿਰ? ਜਸ, ਨਹੀਂ ਇਹ ਕੁਛ ਨਹੀਂ ਦੱਸਦਾ, ਇਹ ਕਿਰਨ ਦੀ ਹਰ ਗੱਲ ਮੰਨਦਾ ਹੈ, ਮੈਂ ਕਿਰਨ ਨੂੰ ਬੋਲ ਦੇਵਾਂਗਾ, ਉਹ ਇਸ ਨੂੰ ਮਨਾ ਲਵੇਗੀ। ਗੁਰਜੋਤ, ਚੱਲ ਠੀਕ ਆ, ਹੁਣ ਮੈਨੂੰ ਚੱਲਣਾ ਚਾਹੀਦਾ ਆ, ਇਸ ਤੋਂ ਪਹਿਲਾਂ ਕਿ ਕੋਈ ਆ ਜਾਵੇ। ਪਰ ਜਾਣ ਤੋਂ ਪਹਿਲਾਂ ਇੱਕ ਵਾਅਦਾ ਚਾਹੁੰਦੀ ਹਾਂ ਤੇਰੇ ਤੋਂ, ਤੂੰ ਕਦੇ ਵੀ ਕਿਰਨ ਦੇ ਸਾਹਮਣੇ ਮੇਰਾ ਨਾਂ ਨਹੀਂ ਲਏਗਾ ਅਤੇ ਨਾ ਹੀ ਕਦੇ ਮੈਨੂੰ ਯਾਦ ਕਰੇਗਾ, ਇੱਥੋਂ ਤੱਕ ਕਿ ਮੈਨੂੰ ਮਿਲਣ ਲਈ ਕਦੇ ਵੀ ਮੇਰੇ ਸ਼ਹਿਰ ਨਹੀਂ ਆਵੇਗਾ। ਜਸ, ਪਰ ਇਹ ਸਭ ਤੂੰ ਕੀ ਕਹਿ ਰਹੀ ਹਾਂ? ਮੈਂ ਤੇਰੀ ਹਰ ਗੱਲ ਮੰਨਦਾ ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਤੂੰ ਹਰ ਗੱਲ ਵਿੱਚ ਹੁਣ ਆਪਣੀ ਹੀ ਮਰਜ਼ੀ ਚਲਾਵੇਂਗੀ। ਗੁਰਜੋਤ, ਜੇ ਤੂੰ ਮੈਨੂੰ ਕਦੇ ਵੀ ਸੱਚੇ ਦਿਲੋਂ ਪਿਆਰ ਕੀਤਾ ਹੈ ਤਾਂ ਮੇਰੀ ਇਹ ਇੱਛਾ ਪੂਰੀ ਕਰ ਦੇ। ਮੈਂ ਨਹੀਂ ਜਾਣਦੀ ਕਿ ਕਿਰਨ ਕੋਲ ਕਿੰਨਾ ਸਮਾਂ ਆ, ਪਰ ਜਿੰਨਾ ਵੀ ਆ ਉਸਨੂੰ ਖੁਸ਼ ਰੱਖ। ਗੁਰਜੀਤ ਦੇ ਸਿਰ 'ਤੇ ਹੱਥ ਰੱਖ ਕੇ ਬੋਲ ਕੇ, ਅੱਜ ਤੋਂ ਬਾਅਦ ਕਦੇ ਵੀ ਮੈਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕਰੇਗਾ ਤੂੰ, ਮੈਂ ਤੈਨੂੰ ਖੁਦ ਮਿਲਣ ਲਈ ਆਵਾਂਗੀ ਜਦੋਂ ਵੀ ਤੈਨੂੰ ਮੇਰੀ ਲੋੜ ਪਵੇਗੀ। ਜਸ, ਫਿਰ ਮੈਨੂੰ ਲੋੜ ਪੈਣ 'ਤੇ ਮਿਲਣ ਆਵੇਗੀ, ਪਰ ਤੇਰਾ ਕੀ? ਗੁਰਜੋਤ, ਤੂੰ ਦੇਖ ਚੁੱਕਿਆ ਆ ਮੈਂ ਆਪਣੀ ਜ਼ਿੰਦਗੀ ਬਹੁਤ ਵਧੀਆ ਬਤੀਤ ਕਰ ਰਹੀ ਹਾਂ, ਮੈਨੂੰ ਕਿਸੇ ਦੀ ਕੋਈ ਕਮੀ ਨਹੀਂ ਆ, ਵਧੀਆ ਨੌਕਰੀ ਕਰ ਰਹੀ ਹਾਂ, ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਕਿਰਨ ਨੂੰ ਤੇਰੀ ਕਮੀ ਆ। ਮੈਂ ਜਿਵੇਂ ਹੁਣ ਤੱਕ ਰਹਿ ਰਹੀ ਸੀ ਉਵੇਂ ਹੀ ਰਹਿ ਲਵਾਂਗੀ, ਪਰ ਕਿਰਨ ਚੱਲ ਮੈਂ ਚੱਲਦੀ ਹਾਂ, ਪਰ ਯਾਦ ਰੱਖੀ ਮੈਂ ਜੋ ਕਿਹਾ ਏ। ਇਹਨਾਂ ਕਹਿੰਦਿਆਂ ਹੋਇਆਂ ਗੁਰਜੀਤ ਉੱਥੋਂ ਚਲੀ ਜਾਂਦੀ ਆ ਅਤੇ ਜਸ ਉਸ ਨੂੰ ਦੇਖਦਾ ਹੀ ਰਹਿੰਦਾ ਹੈ। ਜਸ ਜਾਂਦੀ ਹੋਈ ਗੁਰਜੋਤ ਨੂੰ ਦੇਖ ਰਿਹਾ ਹੁੰਦਾ ਹੈ ਤਾਂ ਗੁਰਜੋਤ ਜਦੋਂ ਉਸਦੀਆਂ ਨਜ਼ਰਾਂ ਤੋਂ ਦੂਰ ਚਲੀ ਜਾਂਦੀ ਆ ਤਾਂ ਇੱਕਦਮ ਉਸਦਾ ਧਿਆਨ ਗੁਰਜੀਤ ਵੱਲ ਜਾਂਦਾ ਹੈ।
ਜੋ ਵਾਰ ਵਾਰ ਉਸਦਾ ਹੱਥ ਫੜ ਕੇ ਉਸਨੂੰ ਚੱਲਣ ਲਈ ਬੋਲ ਰਿਹਾ ਸੀ। ਜਸ ਉਸਨੂੰ ਚੁੱਕ ਕੇ ਹਸਪਤਾਲ ਦੇ ਅੰਦਰ ਜਾਂਦਾ ਹੈ। ਜਦੋਂ ਉਹ ਕਿਰਨ ਦੇ ਕੋਲ ਜਾਂਦਾ ਹੈ ਤਾਂ ਗੁਰਜੀਤ ਭੱਜ ਕੇ ਕਿਰਨ ਦੇ ਨਾਲ ਬੈੱਡ 'ਤੇ ਪੈ ਜਾਂਦਾ ਹੈ। ਕਿਰਨ ਉਸ ਨੂੰ ਪਿਆਰ ਕਰਦੀ ਅਤੇ ਫਿਰ ਜਸ ਵੱਲ ਦੇਖਦੀ ਹੀ ਬੋਲਦੀ ਆ, ਕਿਰਨ ਜਸ ਮੈਂ ਜਾਣਦੀ ਹਾਂ ਮੈਂ ਬਹੁਤ ਵੱਡੀ ਗਲਤੀ ਕੀਤੀ ਆ, ਪਰ ਮੈਂ ਤੇਰੇ ਕੋਲੋਂ ਇਸ ਗੱਲ ਦੀ ਮਾਫ਼ੀ ਮੰਗਦੀ ਹਾਂ। ਮੈਂ ਹੁਣ ਆਪ ਹੀ ਚਾਹੁੰਦੀ ਹਾਂ ਕਿ ਤੂੰ ਅਤੇ ਗੁਰਜੋਤ ਇੱਕ ਹੋ ਜਾਵੋ। ਜੇ ਤੂੰ ਕਹੀਂ ਤਾਂ ਮੈਂ ਮੰਮੀ ਪਾਪਾ ਨਾਲ ਵੀ ਗੱਲ ਕਰ ਲੈਂਦੀ ਹਾਂ। ਜਸ ਨਾਰਾਜ਼ਗੀ ਨਾਲ, ਇਸ ਦੀ ਹੁਣ ਕੋਈ ਜ਼ਰੂਰਤ ਨਹੀਂ, ਮਮਾ ਆ ਰਹੇ ਨੇ। ਗੁਰਜੀਤ ਨੇ ਮੈਨੂੰ ਅਤੇ ਗੁਰਜੋਤ ਨੂੰ ਗੱਲ ਕਰਦੇ ਹੋਏ ਦੇਖ ਲਿਆ ਸੀ। ਇਸ ਤੋਂ ਪਹਿਲਾਂ ਕਿ ਉਹ ਮੰਮਾ ਨੂੰ ਕੁਝ ਦੱਸੇ ਅਤੇ ਮੰਮਾ ਗੱਲ ਨੂੰ ਵੱਡਾ ਕਰਨ, ਤੂੰ ਗੁਰਜੀਤ ਨੂੰ ਸਮਝਾ ਲਈ। ਕਿਰਨ ਹਮ, ਫਿਰ ਕਿਰਨ ਗੁਰਜੀਤ ਨਾਲ ਗੱਲ ਕਰਨ ਲੱਗ ਜਾਂਦੀ ਆ। ਕਿਰਨ, ਗੁਰਜੀਤ ਦਾਦੀ ਮੰਮਾ ਨੂੰ ਤੰਗ ਤਾਂ ਨਹੀਂ ਕੀਤਾ? ਗੁਰਜੀਤ, ਨਹੀਂ ਮੰਮਾ, ਪਰ ਦਾਦੀ ਮੰਮਾ ਨੇ ਤੰਗ ਕੀਤਾ ਮੈਨੂੰ। ਕਿਰਨ ਹੱਸਦੀ ਹੋਈ, ਅੱਛਾ ਠੀਕ ਹੈ, ਤੂੰ ਤਾਂ ਬਹੁਤ ਸਿਆਣਾ ਹੈ। ਅੱਛਾ ਮੰਮਾ ਨੂੰ ਇੱਕ ਗੱਲ ਦੱਸੋ, ਨੀਚੇ ਤੁਸੀਂ ਕਿਸ ਨੂੰ ਮਿਲ ਕੇ ਆਏ ਹੋ? ਗੁਰਜੀਤ, ਹਾਂ ਮੰਮਾ ਯਾਦ ਆਇਆ, ਮੇਰੀ ਦੋਸਤ ਸੀ ਨਾ ਕੀਰਤ, ਉਸਦੀ ਮੰਮਾ ਆਈ ਸੀ। ਕਿਰਨ, ਅੱਛਾ ਠੀਕ ਆ, ਫਿਰ ਮਿਲ ਕੇ ਆਇਆ ਆਪਣੀ ਦੋਸਤ ਦੀ ਮੰਮੀ ਨੂੰ? ਗੁਰਜੀਤ, ਹਾਂਜੀ ਮੰਮਾ ਮਿਲ ਕੇ ਆਇਆ, ਪਰ ਉਹ ਕੀਰਤ ਨੂੰ ਨਾਲ ਨਹੀਂ ਲੈ ਕੇ ਆਏ ਸੀ। ਕਿਰਨ, ਹਾਂ ਮੈਨੂੰ ਵੀ ਮਿਲੇ ਸੀ ਉਹ, ਤਾਂ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਅਗਲੀ ਵਾਰ ਜਦੋਂ ਉਹ ਆਉਣਗੇ ਕੀਰਤ ਨੂੰ ਨਾਲ ਲੈ ਕੇ ਆਉਣਗੇ, ਪਰ ਤੂੰ ਮੇਰੇ ਨਾਲ ਇੱਕ ਪ੍ਰੋਮਿਸ ਕਰ, ਫਿਰ ਕੀਰਤ ਨੂੰ ਮਿਲਣ ਲਈ ਜਾਵਾਂਗੇ। ਗੁਰਜੀਤ, ਕਿਹੜਾ ਪ੍ਰੋਮਿਸ? ਕਿਰਨ, ਤੂੰ ਆਪਣੀ ਦੋਸਤ ਦੀ ਮਾਂ ਨੂੰ ਮਿਲਿਆ ਸੀ, ਇਹ ਦਾਦੀ ਮੰਮਾ ਨੂੰ ਨਹੀਂ ਦੱਸਣਾ ਅਤੇ ਨਾ ਹੀ ਕਿਸੇ ਹੋਰ ਨੂੰ ਦੱਸੇਗਾ। ਗੁਰਜੀਤ, ਪਰ ਕਿਉਂ? ਕਿਰਨ, ਇੱਕ ਸੀਕ੍ਰੇਟ ਆ ਅਤੇ ਆਪਾਂ ਹਾਲੇ ਇਹ ਕਿਸੇ ਨੂੰ ਨਹੀਂ ਦੱਸਣਾ, ਜਦੋਂ ਕੀਰਤ ਆਊਗੀ ਫਿਰ ਸਾਰਿਆਂ ਨੂੰ ਇੱਕ ਵਾਰੀ ਸਰਪ੍ਰਾਈਜ਼ ਦੇਵਾਂਗੀ, ਇਸ ਕਰਕੇ ਇਹ ਸੀਕ੍ਰੇਟ ਤੇਰੇ ਮੇਰੇ ਵਿੱਚ ਰਹਿਣਾ ਚਾਹੀਦਾ ਆ। ਗੁਰਜੀਤ ਹੌਲੀ, ਧੰਨਵਾਦ ਜੀ, ਬਾਕੀ ਕੱਲ੍ਹ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ, ਬਣੇ ਰਹੋ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।